ਅਬੂ ਬਕਰ ਦਾ ਪਹਿਲਾ ਨੰਬਰ ਬਣਾਇਆ ਨੇ ਬਈ ਸੈਯਦਨਾ ਸਿੱਦੀਕ ਅਕਬਰ ਦਾ ਪਹਿਲਾ ਨੰਬਰ ਬਾਬਾ ਚੱਲਿਆ ਉੱਠ ਕੇ ਅੰਦਰ ਗੱਲ ਨਹੀਂ ਗਈ ਇਹਦੇ ਅੰਦਰ ਬਾਬਾ ਕਰ ਸਾਫ ਆਪਣਾ ਅੰਦਰ ਤੇਰੇ ਜਾਏ ਸਿੱਦੀਕ ਤੇਰੇ ਅੰਦਰ ਜਾਏ ਅਫਜ਼ਲੀਅਤ ਸਿੱਦੀਕ ਅਕਬਰ ਦਾ ਨੰਬਰ ਜੇ ਕੋਈ ਹਾਈ ਕੋਰਟ ਤੇ ਆ ਮੇਰੇ ਕੋਲ ਮੈਂ ਕਰਾਂ ਅੰਦਰ ਹਾਲੇ ਤੱਕ ਬੈਠਾ ਸੈ ਪਤਾ ਨਹੀਂ ਕਿਵੇਂ ਬੈਠਾ ਸੈ ਤਵਜੋ ਹੈ ਜੀ ਤਵਜੋ ਹੈ ਜੀ ਆ ਗਏ ਬਾਬਾ ਹੁਣ ਮੈਂ ਸਮਝਾਉਣਾ ਨਾ ਬੈਠੋ ਸ਼ਾਨ ਵਿੱਚ ਫਰਕ ਨਹੀਂ ਪੈਂਦਾ ਅੱਛਾ ਹੁਣ ਸਮਝੋ ਨਾ ਮਸਲਾ ਸਮਝੋ ਅਸਾਂ ਇਹ ਆਨੇ ਆ ਭਈ ਸਾਡੇ ਨਬੀ ਦੀ ਸ਼ਾਨ ਸਾਰਿਆਂ ਨਬੀਆਂ ਨਾਲੋਂ ਉੱਚੀ ਹੈ ਉਹ ਸੁਣੋ ਨਾ ਮਸਲਾ ਤੇ ਸਮਝੋ ਨਾ ਮਸਲਾ ਸਮਝੋ ਨਾ ਅਸੀਂ ਆਨੇ ਆ ਸਾਰੇ ਨਬੀਆਂ ਨਾਲੋਂ ਸਾਡੇ ਨਬੀ ਦੀ ਸ਼ਾਨ ਉੱਚੀ ਹੈ ਇਹਦੇ ਨਾਲ ਨਬੀਆਂ ਦੀ ਸ਼ਾਨ ਵਿੱਚ ਫਰਕ ਪੈਂਦਾ ਉਹ ਮੈਂ ਜਿਹੜਾ ਪਿਆ ਪੁੱਛਣਾ ਅਗਲੀ ਤਸ਼ਰੀਹ ਨਾ ਨਾ ਕਰ ਹੁਣ ਮੁਨਾਜ਼ਰੇ ਇਸਲਾਮ ਅਗਲੀ ਖਮੋਸ਼ੀ ਬਈ ਖਮੋਸ਼ੀ ਖਮੋਸ਼ੀ ਇਹਦੇ ਨਾਲ ਨਬੀਆਂ ਦੀ ਸ਼ਾਨ ਵਿੱਚ ਫਰਕ ਕੋਈ ਨਹੀਂ ਪੈਂਦਾ ਨਹੀਂ ਪੈਂਦਾ ਨਾ ਅਸੀਂ ਆਨੇ ਆ ਸਾਰੇ ਨਬੀਆਂ ਰਸੂਲਾਂ ਦੀ ਸ਼ਾਨ ਸੁਭਾਨ ਅੱਲਾ ਹਰ ਨਬੀ ਦੀ ਸ਼ਾਨ ਸੁਭਾਨ ਅੱਲਾ ਹਰ ਨਬੀ ਦਾ ਮਕਾਮ ਸੁਭਾਨ ਅੱਲਾ ਹਰ ਨਬੀ ਦਾ ਮਰਤਬਾ ਸੁਭਾਨ ਅੱਲਾ ਸਾਰੇ ਨਬੀਆਂ ਦਾ ਮਰਤਬਾ ਮਕਾਮ ਸ਼ਾਨ ਮੰਨ ਕੇ ਫਿਰ ਅਸੀਂ ਆਨੇ ਆ ਭਈ ਸਾਰਿਆਂ ਤੋਂ ਉੱਚੀ ਸ਼ਾਨ ਹੈ ਹਜ਼ੂਰ ਦੀ ਇਸੇ ਤਰ੍ਹਾਂ ਬਿਲਾ ਤਮਸੀਲੋ ਤਸ਼ਬੀਹ ਅਸੀਂ ਆਨੇ ਆ ਅਲੀ ਦੀ ਸ਼ਾਨ ਸੁਭਾਨ ਅੱਲਾ ਉਸਮਾਨ ਦੀ ਸ਼ਾਨ ਸੁਭਾਨ ਅੱਲਾ ਉਮਰ ਦੀ ਸ਼ਾਨ ਸੁਭਾਨ ਅੱਲਾ ਲੇਕਿਨ ਸਾਰਿਆਂ ਤੋਂ ਉੱਚੀ ਸ਼ਾਨ ਅਬੂ ਬਕਰ ਸਿੱਦੀਕ ਦੀ ਹੈ ਫਰਕ ਕਿਵੇਂ ਪੈ ਗਿਆ ਨਹੀਂ ਇਹ ਨਹੀਂ ਨਾ ਅਲੀ ਦਾ ਪਹਿਲਾ ਨੰਬਰ ਸਾਡਾ ਕੀਦਾ ਨਹੀਂ ਹੈ ਤੇ ਕਦੋਂ ਅਸੀਂ ਮੁਨਕਰਾਂ ਇਹ ਤੇ ਮੈਂ ਦੱਸਿਆ ਭਈ ਅਲੀ ਅਲੀ ਜਿੰਨੀ ਮਰਜ਼ੀ ਕਰ ਸਿੱਦੀਕ ਦਾ ਪਹਿਲਾ ਨੰਬਰ ਮੰਨ ਕੇ ਕਰ ਤੇ ਇਹ ਅਸਾਂ ਹੁਣ ਅਗਲਾ ਮੁਨਾਜ਼ਰਾ ਨਾ ਨਾ ਕਰ ਮੇਰੇ ਨਾਲ ਅੱਛਾ ਹਾਂ ਹਾਂ ਇਹ ਹੀ ਆਖਿਆ ਇਹ ਅਕੀਦਾ ਹੀ ਹੈ ਇਹ ਅਕੀਦਾ ਹੁਣ ਦੱਸਣਾ ਹੈ ਨਾ ਜੇ ਤੁਸੀਂ ਪਹਿਲੋਂ ਨਹੀਂ ਪੁੱਛਿਆ ਸੁਣਿਆ ਤੁਹਾਨੂੰ ਕਿਸੇ ਦੱਸਿਆ ਤੇ ਹੁਣ ਦੱਸਣਾ ਉਦੋਂ ਇਹ ਫਿਤਨੇ ਨਹੀਂ ਸਨ ਜਿਹੜੇ ਬਾਬਿਆਂ ਨੂੰ ਤੁਸੀਂ ਗੱਲ ਪੈ ਕਰਦੇ ਹੋ ਸੁਣਾ ਉਦੋਂ ਇਹ ਬਿਮਾਰੀਆਂ ਨਹੀਂ ਸਨ ਤੇ ਜਦੋਂ ਬਿਮਾਰੀਆਂ ਹੋਣ ਤੇ ਫਿਰ ਇਲਾਜ ਵੀ ਤੇ ਕਰੀ ਦੇਣ
ਉਹ ਪਹਿਲੋਂ ਜਦੋਂ ਤੂੰ ਬਾਬਾ ਤੂੰ ਸਹਿਣਾ ਉਦੋਂ ਸ਼ੂਗਰ ਵੀ ਕੋਈ ਨਹੀਂ ਸੀ, ਉਦੋਂ ਬੀਪੀ ਵੀ ਏਡਾ ਨਹੀਂ ਸੀ ਆਈ ਹੁੰਦਾ, ਉਦੋਂ ਫਿਰ ਉਹ ਬਿਮਾਰੀਆਂ ਜਿਹੜੀਆਂ ਹੁਣ ਕੈਂਸਰ ਲੱਗੇ ਆਈ, ਉਹ ਜਿਹੜੀ ਬਿਮਾਰੀ ਜਦੋਂ ਆਵੇ ਨਾ ਉਹਦੀ ਦਵਾਈ ਵੀ ਉਦੋਂ ਹੀ ਦੇਈਦੀ ਹੈ। ਇਹ ਨਹੀਂ ਵੀ ਬੀਪੀ ਦਾ ਮਰੀਜ਼ ਹੋਵੇ ਤੇ ਸ਼ੂਗਰ ਵਾਲੇ ਟੀਕੇ ਲਾਈ ਜਾਓ, ਬੀਪੀ ਦੇ ਮਰੀਜ਼ ਨੂੰ ਸ਼ੂਗਰ ਦੇ ਟੀਕੇ ਨਹੀਂ ਲਾਈਦੇ ਤੇ ਸ਼ੂਗਰ ਦੇ ਮਰੀਜ਼ ਨੂੰ ਬਲੱਡ ਪ੍ਰੈਸ਼ਰ ਵਾਲੀਆਂ ਗੋਲੀਆਂ ਨਹੀਂ ਦੇਈਦੀਆਂ। ਜਿਹੜੀ ਬਿਮਾਰੀ ਹੋਵੇ ਇਲਾਜ ਉਹੀ ਕਰੀਦਾ। ਸਮਝ ਆ ਗਈ ਹੈ ਬਾਬੇ ਨੂੰ? ਹੁਣ ਫਿਰ ਮਸਲਾ ਪੂਰਾ ਸਮਝ ਆ ਗਿਆ ਕਿ ਹਲੇ ਵੀ ਨਹੀਂ ਗਿਆ? ਆ ਫਿਰ ਮਸਲਾ ਤੇ ਹਲੇ ਰਹਿ ਗਿਆ ਨਾ। ਅਲੀ ਦਾ ਪਹਿਲਾ ਨੰਬਰ ਆਉਂਦੇ ਸਨ ਉਹ ਭਾਜੀ, ਉਦੋਂ ਨਹੀਂ ਸਨ ਇਹ ਫਿਤਨੇ, ਇਹ ਫਿਤਨੇ ਉਦੋਂ ਨਹੀਂ ਸਨ ਜਿੰਝ ਹੁਣ ਖੁੱਲੇ ਨੇ। ਉਦੋਂ ਇਹ ਫਿਤਨੇ ਨਹੀਂ ਸਨ ਖੁੱਲੇ, ਹੁਣ ਬੜੇ ਖੁੱਲੇ ਨੇ। ਇਹ ਜਦੋਂ ਹੁਣ ਫਿਤਨੇ ਖੁੱਲੇ ਨੇ ਤੇ ਬਿਮਾਰੀ ਦਾ ਫਿਰ ਇਲਾਜ ਕਰਕੇ ਦੱਸਣੇ। ਅਲੀ ਦਾ ਪਹਿਲਾ ਨੰਬਰ ਨਹੀਂ, ਅਬੂ ਬਕਰ ਦਾ ਪਹਿਲਾ ਨੰਬਰ। ਇਹਨਾਂ ਦਾ ਤਾਲੁਕ ਹਜ਼ੂਰ ਨਾਲ ਹੈ। ਤੇ ਫਿਰ ਅਸੀਂ ਆਨੇ ਆ ਜਦੋਂ ਸਾਨੂੰ ਸਿੱਧੀ ਦੀ ਸਦਾਕਤ ਮਿਲੀ ਸਰਕਾਰ ਦੇ ਬੂਹੇ ਤੋਂ, ਉਮਰ ਦੀ ਅਦਾਲਤ ਮਿਲੀ ਹਜ਼ੂਰ ਦੇ ਦਰ ਤੋਂ, ਉਸਮਾਨ ਦਾ ਹਯਾ ਮਿਲਿਆ ਹਜ਼ੂਰ ਦੇ ਦਰ ਤੋਂ, ਅਲੀ ਦੀ ਸ਼ੁਜਾਤ ਮਿਲੀ ਹਜ਼ੂਰ ਦੇ ਦਰ ਤੋਂ, ਹਸਨੈਨ ਕਰੀਮੈਨ ਦਾ ਇਸ਼ਕ ਮਿਲਿਆ ਹਜ਼ੂਰ ਦੇ ਦਰ ਤੋਂ। ਫਿਰ ਅਸੀਂ ਇਹੀ ਆਨੇ ਆ ਸੋਹਣਿਆ ਤੇਰੇ ਦਰ ਤੋਂ ਹੀ ਸਾਰੀ ਕਾਇਨਾਤ ਮਿਲੀ ਹੈ, ਤੇ ਗੁਲਾਮੀ ਉਹ ਆਉਂਦੇ ਨੇ ਸਦਾ ਵਸਦਾ ਦੁਬਾਰਾ ਯਾ ਰਸੂਲੇ, ਗਰੀਬਾਂ ਗੁਜ਼ਾਰਾ ਯਾ ਰਸੂਲ ਅੱਲਾਹ। ਉੱਚੀ ਬੋਲੇ ਸਾਰੀਆਂ ਬੋਲੇ, ਜਿੱਥੇ ਹੁਲਦਾ ਗੁਜ਼ਾਰਾ, ਮੁੱਲਾਂ ਨੂੰ ਮਾਣ ਡਾਲਰਾਂ ਦੇ ਨਾਲੇ ਹੈ ਰਿਆਲਾਂ ਦੇ, ਸੁਨੀਆਂ ਨੂੰ ਸਿਰਫ ਤੇਰਾ ਸਹਾਰਾ 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 ਉੱਚੀ ਸਹਾਰਾ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ, ਤਾਜਦਾਰੇ ਖਤਮੇ ਮਾਸੂਮੀਆ ਜ਼ਿੰਦਾਬਾਦ, ਲੱਭੇ ਲੱਭੇ ਅਜ਼ਮਤ ਸ਼ਾਨ ਸਾਹਬ ਮੁਸਤਫਾ